ਅੱਜ ਹੀ ਡਾਊਟਨੈਟ ਐਪ ਡਾਊਨਲੋਡ ਕਰੋ। ਡਾਊਟਨੈਟ 'ਤੇ ਹੋਣਗੇ ਤੁਹਾਡੇ ਸਾਰੇ 6ਵੀਂ ਤੋਂ 12ਵੀਂ ਕਲਾਸ ਦੇ ਮੈਥ, ਫਿਜ਼ਿਕਸ, ਕੈਮਿਸਟਰੀ ਅਤੇ ਬਾਇਓਲੋਜੀ ਦੇ ਡਾਊਟਸ ਦਾ ਸਫਾਇਆ, ਉਹ ਵੀ ਪੰਜਾਬੀ ਵਿੱਚ। ਬਸ ਆਪਣੇ ਪ੍ਰਸ਼ਨ ਦੀ ਫੋਟੋ ਖਿੱਚੋ, ਉਸਨੂੰ ਕ੍ਰੋਪ ਕਰੋ ਅਤੇ ਤੁਰੰਤ ਵੀਡੀਓ ਸੋਲਿਊਸ਼ਨ ਪਾਓ। ਅਤੇ ਅਜਿਹੇ ਹੀ ਹੋਰ ਵੀਡੀਓ ਦੇਖਣ ਲਈ ਡਾਊਟਨੈਟ ਪੰਜਾਬੀ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਦਾ ਆਪਣਾ ਕੁਸ਼ਚਨ ਆ ਮੈਟ੍ਰਿਕਸ ਦਾ। ਆਪਣੇ ਕੁਸ਼ਚਨ 'ਚ ਲਿਖਿਆ ਆ, ਇਫ ਏ ਇਕੁਅਲਸ ਟੂ 3 ਮਾਈਨਸ 2 4 ਮਾਈਨਸ 2 ਫਾਈਂਡ ਕੇ। ਆਪਾਂ ਨੂੰ ਕੀ ਕੱਢਣਾ ਹੈ, ਕੇ ਦੀ ਵੈਲਿਊ। ਅਤੇ ਸਾਨੂੰ ਦੱਸਿਆ ਹੈ ਏ ਸਕੁਅਰ ਇਕੁਅਲਸ ਟੂ ਕੇ ਮਾਈਨਸ 2 ਆਈਡੈਂਟੀਟੀ 2। ਚਲੋ ਹੁਣ ਆਪਾਂ ਕੀ ਕਰਾਂਗੇ, ਪਹਿਲਾਂ ਏ ਸਕੁਅਰ, ਫਿਰ ਆਹ ਕੱਢਾਂਗੇ, ਫਿਰ ਇਕੁਅਲ ਰੱਖ ਕੇ ਕੇ ਦੀ ਵੈਲਿਊ ਕੱਢਾਂਗੇ। ਹੁਣ ਆਪਾਂ ਨੂੰ ਕੱਢਣਾ ਹੈ ਪਹਿਲਾਂ ਏ ਸਕੁਅਰ। ਏ ਸਕੁਅਰ ਦਾ ਮਤਲਬ ਹੈ ਏ ਇੰਟੂ ਏ। ਆਪਾਂ ਨੇ ਏ ਨੂੰ ਏ ਦੇ ਨਾਲ ਮਲਟੀਪਲਾਈ ਕਰਨਾ ਹੈ। ਆਪਣੇ ਕੋਲ ਹੈ 3 4 ਮਾਈਨਸ 2 ਮਾਈਨਸ 2। ਆਪਾਂ ਨੇ ਇਹਨੂੰ ਦੁਬਾਰਾ ਮਲਟੀਪਲਾਈ ਕਰਨਾ ਹੈ, 3 4 ਮਾਈਨਸ 2 ਮਾਈਨਸ 2। ਹੁਣ ਆਪਾਂ ਨੇ ਇਹਨੂੰ ਮਲਟੀਪਲਾਈ ਕਰਨਾ ਹੈ। ਜਦੋਂ ਵੀ ਆਪਾਂ ਨੇ ਮਲਟੀਪਲਾਈ ਕਰਨਾ, ਆਪਾਂ ਨੇ ਸਭ ਤੋਂ ਪਹਿਲਾਂ ਦੇਖਣਾ ਹੈ ਕਿ ਕੀ ਇਹ ਮਲਟੀਪਲਾਈ ਹੋ ਸਕਦੇ ਨੇ। ਹੁਣ ਆਪਣੇ ਕੋਲ ਦੇਖੋ ਕੀ ਆ, 2x2 ਦਾ ਮੈਟ੍ਰਿਕਸ ਆ। ਇਹ ਵੀ ਆਪਣੇ ਕੋਲ ਕਿੰਨਾ ਹੈ, 2x2 ਦਾ ਮੈਟ੍ਰਿਕਸ। ਇਹ ਮਲਟੀਪਲਾਈ ਉਦੋਂ ਹੋਣਗੇ ਜਦੋਂ ਆਪਣੇ ਕੋਲ ਇਹ ਵਾਲਾ, ਇਹ ਰੋ, ਇਹ ਕੋਲਮ, ਕੋਲਮ ਪਹਿਲੇ ਦਾ ਕੋਲਮ ਦੂਸਰੇ ਦਾ ਰੋ ਸੇਮ ਆ ਜਾਏ। ਹੁਣ ਆਪਣੇ ਕੋਲ ਇਹ ਦੋਨੋਂ ਸੇਮ ਆ ਗਏ, ਇਹਦਾ ਮਤਲਬ ਆਪਾਂ ਇਹਨਾਂ ਦੋਨਾਂ ਨੂੰ ਮਲਟੀਪਲਾਈ ਕਰ ਸਕਦੇ ਹਾਂ। ਹੁਣ ਆਪਾਂ ਇਹਨਾਂ ਨੂੰ ਮਲਟੀਪਲਾਈ ਕਰਾਂਗੇ। ਆਪਾਂ ਨੇ ਕੀ ਕਰਨਾ ਹੈ, ਇਹਨੂੰ ਇਹਦੇ ਨਾਲ ਮਲਟੀਪਲਾਈ ਕਰਨਾ। ਪਹਿਲਾਂ 3 ਨੂੰ 3 ਨਾਲ ਕੀਤਾ 9, ਮਾਈਨਸ 2 ਨੂੰ 4 ਨਾਲ ਕੀਤਾ ਕਿੰਨਾ ਹੋ ਗਿਆ 8। ਫਿਰ ਆਪਾਂ ਨੇ 3 ਨੂੰ ਮਾਈਨਸ 2 ਦੇ ਨਾਲ ਮਲਟੀਪਲਾਈ ਕੀਤਾ ਤੇ ਕਿੰਨਾ ਆ ਗਿਆ, ਮਾਈਨਸ 6। ਫਿਰ 3 ਮਾਈਨਸ 2 ਨੂੰ 2 ਨਾਲ ਕੀਤਾ ਕਿੰਨਾ ਆ ਗਿਆ, ਪਲੱਸ 4। ਏਦਾਂ ਹੀ ਹੁਣ ਆਪਾਂ ਥੱਲੇ ਵਾਲੇ ਨੂੰ ਪਹਿਲਾਂ ਇਹਦੇ ਨਾਲ ਮਲਟੀਪਲਾਈ, ਫਿਰ ਨਾਲ ਵਾਲੇ ਨਾਲ ਮਲਟੀਪਲਾਈ। 4 3 12, ਮਾਈਨਸ 2 ਇੰਟੂ 4 ਮਾਈਨਸ 8। ਹੁਣ ਏਦਾਂ ਹੀ ਅਗਲਾ, 4 ਨੂੰ ਮਾਈਨਸ 2 ਨਾਲ ਕੀਤਾ ਮਾਈਨਸ 8, ਫਿਰ ਮਾਈਨਸ 2 ਨੂੰ ਮਾਈਨਸ 2 ਨਾਲ ਕੀਤਾ ਕਿੰਨਾ ਆ ਗਿਆ, ਪਲੱਸ 4। ਹੁਣ ਆਪਾਂ ਇਹਨੂੰ ਸੋਲਵ ਕਰਾਂਗੇ, 9 ਚੋਂ 8 ਗਏ 1, 6 ਚੋਂ 4 ਗਏ ਮਾਈਨਸ 2, 12 ਚੋਂ 8 ਗਏ 4, 8 ਚੋਂ 4 ਗਏ ਮਾਈਨਸ 4। ਤਾਂ ਆਪਣੇ ਕੋਲ ਏ ਦੀ ਸਕੁਅਰ ਕਿੰਨੀ ਆ ਗਈ, 1 ਮਾਈਨਸ 2 4 ਮਾਈਨਸ 4। ਹੁਣ ਆਪਣੇ ਕੋਲ ਏ ਸਕੁਅਰ ਆ ਗਿਆ। ਹੁਣ ਆਪਣਾ ਅਗਲਾ ਹੈ ਕਿ ਕੇ ਏ ਕੱਢਣਾ। ਹੁਣ ਕੇ ਏ ਕੱਢਦੇ ਹਾਂ, ਕੇ ਏ ਵਿੱਚ ਕੀ ਕਰਾਂਗੇ, ਕੇ ਨੂੰ ਏ ਨਾਲ ਗੁਣਾ ਕਰ ਦਾਂਗੇ। ਕੇ ਏ, ਕੇ ਨੂੰ ਏ ਦੇ ਨਾਲ ਗੁਣਾ। ਹਾਂਜੀ, ਏ ਦੀ ਵੈਲਿਊ ਆਪਣੇ ਕੋਲ ਕੀ ਸੀਗੀ, 3 4 ਮਾਈਨਸ 2 ਮਾਈਨਸ 2। ਹੁਣ ਆਪਾਂ ਨੇ ਇਹਨੂੰ ਗੁਣਾ ਕੀਤਾ, ਆਪਣੇ ਕੋਲ ਆ ਗਿਆ 3 ਕੇ ਮਾਈਨਸ 2 ਕੇ 4 ਕੇ ਮਾਈਨਸ 2 ਕੇ ਆ ਗਿਆ। ਹੁਣ ਅੱਗੇ ਆਪਾਂ ਨੂੰ ਕਿਹਾ ਹੈ ਮਾਈਨਸ 2 ਆਈਡੈਂਟੀਟੀ ਸਕੁਅਰ। ਹਾਂਜੀ, ਆਈਡੈਂਟੀਟੀ 2 ਮਤਲਬ ਆਪਾਂ ਨੇ 2 ਇੰਟੂ 2 ਦਾ ਆਰਡਰ ਬਣਾਉਣਾ। ਆਈ ਦੀ ਵੈਲਿਊ ਕਿੰਨੀ ਹੁੰਦੀ ਹੈ, 1 0 0 1। ਹੁਣ ਆਪਾਂ ਨੂੰ ਕੀ ਕਿਹਾ, 2i। 2i ਦਾ ਮਤਲਬ ਆਪਾਂ ਨੇ ਕੀ ਕਰ ਦੇਣਾ, ਇਹਨੂੰ 2 ਨਾਲ ਗੁਣਾ, 2 0 0 2 ਆ ਗਿਆ। ਚਲੋ ਹੁਣ ਆਪਾਂ ਨੇ ਬਰਾਬਰ ਰੱਖਣਾ। ਆਪਾਂ ਨੂੰ ਕਿਹਾ ਸੀ ਕੇ ਦੀ ਸਕੁਅਰ ਮਾਈਨਸ 2 ਆਈਡੈਂਟੀਟੀ 2। ਇਹ 2 ਦਾ ਮਤਲਬ ਹੈ 2x2 ਦਾ ਮੈਟ੍ਰਿਕਸ। ਕਿਹਦੇ ਇਕੁਅਲ ਹੈ, ਏ ਦੀ ਸਕੁਅਰ ਦੇ ਇਕੁਅਲ। ਹੁਣ ਆਪਾਂ ਇੱਥੇ ਭਰਦੇ ਹਾਂ ਕੇ ਦੀ ਸਕੁਅਰ, ਸੋਰੀ ਕੇ ਦੀ ਸਕੁਅਰ ਨਹੀਂ, ਕੇ ਏ ਆਪਣੇ ਕੋਲ ਹੈਗਾ 3 ਕੇ 4 ਕੇ ਮਾਈਨਸ 2 ਕੇ ਮਾਈਨਸ 2 ਕੇ। ਮਾਈਨਸ 2 ਆਈਡੈਂਟੀਟੀ 2 0 0 2। ਹੁਣ ਆਪਾਂ ਲਿਖਿਆ 3 ਕੇ ਮਾਈਨਸ 2 ਮਾਈਨਸ 2 ਕੇ
चार के माइनस जीरो चार के आ जूगा, माइनस टू के माइनस टू ए अपने कोल आ गया राइट हैंड साइड वाला, लेफ्ट हैंड साइड अपने कोल ए दी स्क्वायर, ए दी स्क्वायर अपने कोल आई सी वन फोर माइनस टू माइनस फोर, वन फोर माइनस टू माइनस फोर। हुण अपने दोनों चीजा इक्वल आ गई, तेदे कोरस्पोंडिंग एलिमेंट्स भी की हो जाएंगे इक्वल, इट मीनस जेड़ा वन है वो किदे इक्वल होगा थ्री के माइनस टू दे, तो अपने को थ्री के उधर गया तीन, के दी वैल्यू किनी आ गई वन, ऐदे ही आप अगले तो चेक कर लेने हैं, माइनस टू के इक्वल्स टू माइनस टू, तो के आ जूगा वन, जे आप अगे भी चेक करांगे तो सेम ही आऊगा। धन्यवाद।